ਸਾਨੂੰ ਇੱਕ ਰਜੇਸ਼ ਕੁਮਾਰ ਨਾਂ ਦੇ ਵਿਅਕਤੀ ਨੇ ਬਿਆਨ ਲਿਖਾਇਆ ਉਹਦਾ ਵੀ ਮੈਂ ਸ਼ਮਸ਼ੇਰ ਖਾਨ ਉਹਦਾ ਦੋਸਤ ਹੈ ਦੁਨੇ ਕਿ ਉਹਦੀ ਪੰਜਾਬ ਮੈਡੀਕਲ ਸਟੋਰ ਹੈ ਉੱਥੇ ਬੈਠਾ ਸੀ ਅਤੇ ਮੇਰੀ ਕੁੱਟਮਾਰ ਹੋਈ। ਵੈਰੀਫਾਈ ਕਰਨ 'ਤੇ ਪਤਾ ਲੱਗਿਆ ਵੀ ਉਹਦੀ ਦੁਕਾਨ 'ਤੇ ਚਾਰ ਵਿਅਕਤੀ ਆਏ ਮੂੰਹ ਬੰਨ੍ਹ ਕੇ, ਜਿਨ੍ਹਾਂ ਕੋਲ ਕਿਰਪਾਨ, ਗੰਡਾਸੀ ਜਿਹਦੇ 'ਤੇ ਮੋਟਰਸਾਈਕਲ ਦੀ ਗਰਾਰੀ ਫਿੱਟ ਕੀਤੀ ਹੋਈ ਸੀ, ਅਤੇ ਬੇਸਬਾਲ। ਉਹ ਤਿੰਨਾਂ ਹਥਿਆਰਾਂ ਨਾਲ ਉਹਦੀ ਕੁੱਟਮਾਰ ਕੀਤੀ ਕਾਫੀ ਜ਼ਿਆਦਾ, ਅਤੇ ਉਸ ਤੋਂ ਬਾਅਦ ਗੱਲੇ 'ਚੋਂ ਪੈਸੇ 6000 ਰੁਪਈਆ ਲੁੱਟ ਕੇ ਲੈ ਗਏ। ਬੇਸਿਕਲੀ ਉਹਨਾਂ ਨੂੰ ਇਹ ਉਮੀਦ ਸੀ ਕਿ ਇੱਥੇ 2-2.5 ਲੱਖ ਰੁਪਈਆ, ਜਿਹੜਾ ਕਿਸੇ ਨੇ ਉਹਨਾਂ ਨੂੰ ਕਿਹਾ ਸੀ ਵੀ 2-2.5 ਲੱਖ ਰੁਪਈਆ ਇੱਥੇ ਹੋਊਗਾ, ਕਿਉਂਕਿ ਉਹ ਇਸ ਨੀਤ ਨਾਲ ਆਏ ਸੀ। ਜਿਹੜਾ ਜਿਸ ਬੰਦੇ ਨੇ ਉਹਨੂੰ ਕਿਹਾ ਸੀ, ਉਹਦਾ ਨਾਂ ਵਿਜੇ ਕੁਮਾਰ ਅਰੋੜਾ ਅਲੀਅਸ ਵਿੱਕੀ ਹੈ। ਇਹ ਸ਼ਮਸ਼ੇਰ ਅਤੇ ਵਿੱਕੀ ਦੋਨੇ ਪਹਿਲਾਂ ਕਿਤੇ ਇਕੱਠੇ ਕੰਮ ਵੀ ਕਰਦੇ ਰਹੇ, ਇਸ ਕਰਕੇ ਉਹਦੀ ਜਾਣਕਾਰੀ ਉਹਨੂੰ ਕਾਫੀ ਜ਼ਿਆਦਾ ਸੀ। ਪਰ ਬਦਕਿਸਮਤੀ ਨਾਲ ਉਹਨਾਂ ਕੋਲ ਉੱਥੇ ਉਨੇ ਪੈਸੇ ਹੈ ਨਹੀਂ ਸੀ, ਪਰ ਕੁੱਟਮਾਰ ਉਹਦੀ ਜਗ੍ਹਾ ਰਜੇਸ਼ ਕੁਮਾਰ ਦੀ। ਜਦੋਂ ਇਹ ਵਾਰਦਾਤ ਤੋਂ ਬਾਅਦ ਸਾਡੇ ਮਾਨਯੋਗ SSP ਸਾਹਿਬ ਡਾਕਟਰ ਅੰਕੁਰ ਗੁਪਤਾ ਜੀ ਨੇ ਸਾਡੀਆਂ ਟੀਮਾਂ ਤਿਆਰ ਕੀਤੀਆਂ। ਟੀਮਾਂ ਦੇ ਆਧਾਰ 'ਤੇ ਅਸੀਂ ਅੱਡ ਅੱਡ ਤਰੀਕੇ ਨਾਲ ਆਪਣਾ ਵੀਡੀਓ CCTV ਚੈੱਕ ਕੀਤੇ ਅਤੇ ਹੋਰ ਹਿਊਮਨ ਸੋਰਸ ਤੋਂ ਆਪਣੀ ਇਨਫੋਰਮੇਸ਼ਨ ਜਿਹੜੀ ਆ ਲਾਈ। ਉਹਦੇ ਆਧਾਰ 'ਤੇ ਸਾਨੂੰ ਪਤਾ ਲੱਗਿਆ ਵੀ ਜਿਹੜੇ ਇੱਥੇ ਚਾਰ ਬੰਦੇ ਆਏ ਸੀ ਉਹ ਸੀਗੇ ਵਿਜੇ ਕੁਮਾਰ ਏਲੀਅਸ ਕੇਲਾ ਲੰਡੇਕੇ ਦਾ, ਸੁਖਦੇਵ ਸਿੰਘ ਏਲੀਅਸ ਕੈਬੀ ਇਹ ਵੀ ਤਲਵੰਡੀ ਭੰਗੇਰੀਆਂ ਦਾ, ਜਸਪ੍ਰੀਤ ਸਿੰਘ ਏਲੀਅਸ ਜੱਜੀ ਇਹ ਵੀ ਲੰਡੇਕੇ ਦਾ, ਰਣਜੋਤ ਏਲੀਅਸ ਆਕਾਸ਼ ਏਲੀਅਸ ਭੱਲਾ ਇਹ ਵੀ ਲੰਡੇਕਿਆਂ ਦਾ ਸੀ। ਇਹ ਤਿੰਨ ਲੰਡੇਕੇ ਅਤੇ ਇੱਕ ਤਲਵੰਡੀ ਭੰਗੇਰੀਆਂ ਦਾ ਸੀ। ਇਹਨਾਂ ਚਾਰਾਂ ਨੇ ਇੱਥੇ ਮੂੰਹ ਬੰਨ੍ਹ ਕੇ ਆ ਕੇ ਕੁੱਟਮਾਰ ਕੀਤੀ ਸੀ ਲੁੱਟਣ ਦੀ ਨੀਅਤ ਨਾਲ, ਜਿਨ੍ਹਾਂ 'ਚੋਂ ਦੋ ਨੂੰ ਅਸੀਂ ਮਿਤੀ 21/9/24 ਨੂੰ ਜਸਪ੍ਰੀਤ ਅਤੇ ਰਣਜੋਤ ਨੂੰ ਗ੍ਰਿਫਤਾਰ ਕੀਤਾ ਅਤੇ 22/9 ਨੂੰ ਵਿਜੇ ਕੁਮਾਰ ਅਤੇ ਸੁਖਦੇਵ ਸਿੰਘ ਨੂੰ ਗ੍ਰਿਫਤਾਰ ਕੀਤਾ। ਜਿਹੜਾ ਪੰਜਵਾਂ ਵਿਅਕਤੀ ਇਸ ਸਾਰੀ ਸਾਜਿਸ਼ ਦਾ ਜਿਹਨੇ ਘੜੀ ਹੈ, ਵਿਜੇ ਕੁਮਾਰ, ਉਹ ਹਜੇ ਫਰਾਰ ਹੈ ਅਤੇ ਉਹਦੇ ਲਈ ਅਸੀਂ ਆਪੋ ਆਪਣੀਆਂ ਟੀਮਾਂ ਜਿਹੜੀਆਂ ਉਹਦੇ ਮਗਰ ਹੈ, ਜਲਦੀ ਇਹਨੂੰ ਗ੍ਰਿਫਤਾਰ। ਕਿੰਨੇ ਪੈਸੇ ਲੈ ਕੇ ਗਏ ਗੱਲੇ 'ਚੋਂ ਸਰ, ਅਤੇ ਕੀ ਰਿਕਵਰੀ ਹੋਈ ਹੈ? ਗੱਲੇ 'ਚੋਂ 6000 ਰੁਪਈਆ ਸੀ ਅਤੇ ਇੱਕ ਮੋਬਾਈਲ ਫੋਨ ਸੀ। ਮੋਬਾਈਲ ਫੋਨ ਉਹਨਾਂ ਇਸ ਡਰ ਤੋਂ ਵੀ ਸਾਡੀ ਲੋਕੇਸ਼ਨ ਨਾ ਇੱਥੋਂ ਟਰੇਸ ਹੋ ਜਾਏ, ਉਹਨਾਂ ਨੇ ਤੋੜ ਕੇ ਜੀਰਾ ਰੋਡ ਤੋਂ ਜਿਹੜੀ ਲੁਹਾਰਾ ਰੋਡ ਦੇ ਵਿਚਾਲੇ ਨਹਿਰ ਹੈ ਉੱਥੇ ਕਿਤੇ ਤੋੜ ਭੰਨ ਕਰਕੇ ਸਿੱਟਤਾ ਵੀ, ਅਤੇ ਉੱਥੋਂ ਹੀ ਸਾਨੂੰ ਤਲਵਾਰ, ਗੰਡਾਸੀ ਬਰਾਮਦ ਹੋਈ ਹੈ। ਜਿਹੜਾ ਤੀਜਾ ਬੇਸਬਾਲ ਸੀ ਉਹ ਉੱਥੇ ਦੁਕਾਨ 'ਚ ਹੀ ਟੁੱਟ ਗਿਆ ਸੀ ਅਤੇ ਉੱਥੇ ਹੀ ਸਿੱਟ ਗਏ ਸੀ, ਉਹ ਸਾਨੂੰ ਉੱਥੋਂ ਬਰਾਮਦ। ਬੈਕਗ੍ਰਾਊਂਡ ਕੀ ਹੈ ਸਰ? ਬੈਕਗ੍ਰਾਊਂਡ 'ਤੇ ਕੋਈ ਮੁਕੱਦਮਾ ਫਿਲਹਾਲ ਨਹੀਂ ਦਰਜ ਹੈਗਾ। ਇਹ ਪਹਿਲੀ ਵਾਰ ਜਿਹੜਾ ਵਿਜੇ ਕੁਮਾਰ ਏਲੀਅਸ ਵਿੱਕੀ ਦੇ ਝਾਂਸੇ ਜਾ ਕੇ ਵੀ ਉੱਥੇ 2-2.5 ਲੱਖ ਹੋਊਗਾ ਅਤੇ ਉਹਦੇ ਲਾਲਚ 'ਚ ਇਹਨਾਂ ਨੇ ਉੱਥੇ ਵਾਰਦਾਤ ਕੀਤੀ। ਟੋਟਲ 3 ਦਿਨ ਦਾ ਰਿਮਾਂਡ ਹੈ।